ਚੱਲ ਵਧੀਆ ਨਾ ਹਿਸਾਬ ਸਾਰਾ ਲਿਖ ਲਿਆ ਵਾ, ਲਿਖਿਆ ਹੋਵੇ ਨਾ ਤੇ ਵਾਹਵਾ ਚੇਤਾ ਰਹਿੰਦਾ ਵਾ। ਇਹਨੇ ਕੀ ਵਿਗਾੜਿਆ ਤੁਹਾਡਾ, ਇਹਨੂੰ ਸੁੱਟਣ ਦੇ ਜੀ। ਮੇਰਾ ਤਾਂ ਜੀ ਕਰਦਾ ਮੈਂ ਆਪਣਾ ਸਿਰ ਕੰਧ ਚ ਮਾਰਾਂ ਹੁਣ। ਹੁਣ ਕੀ ਹੋ ਗਿਆ, ਗੱਲ ਤਾਂ ਦੱਸੋ ਵੀ, ਪਹਿਲੀ ਚੋਂ ਆਏ ਜੇ। ਹੁਣ ਆ ਕੀ ਹੈ, ਤੇਰੀ ਕੱਲੀ ਕੱਲੀ ਗੱਲ ਸੱਚ ਨਿਕਲੀ ਹੈ। ਤੇ ਮੈਂ ਤਾਂ ਅੱਗੇ ਕਿਹਾ ਸੀ ਮੇਰੀਆਂ ਗੱਲਾਂ ਝੂਠੀਆਂ ਕਦੋਂ ਹੁੰਦੀਆਂ, ਬਸ ਤੁਹਾਨੂੰ ਹੀ ਨਹੀਂ ਸਮਝ ਆਉਂਦੀਆਂ। ਹੁਣ ਕੀ ਹੋਇਆ ਇਹ ਦੱਸੋ। ਓਏ ਹੁਣ ਆ ਕੀ ਹੈ, ਮੈਂ ਗਿਆ ਹਾਂ ਪਹਿਲੀ ਦੇ ਵਿੱਚ। ਮੈਂ ਨਾਲ ਚੱਲ ਵੇਖ ਕੋਨਾ ਪਹਿਲੀ ਦਾ ਕੀ ਮਾਹੌਲ ਚਾਲਾ। ਹਾਂਜੀ ਦੱਸੋ। ਉੱਥੇ ਜਰ ਵਟਾਂ ਹੀ ਇੱਧਰ ਦੇ ਉੱਧਰੋਂ ਹੀ ਆ ਪਈਆਂ। ਵਟਾਂ ਹੀਰਾ ਫੇਰੀ ਕੀਤੀ ਹੈ ਜਿਹੜੀ ਆ ਤੈ ਦੀ ਪਹਿਲੀ ਸੀ ਨਾ, ਪਹਿਲੀ ਪਹਿਲਾਂ ਦੀ ਵਟ ਉਹ ਜਿਹੜਾ ਖੰਭਾ ਚ ਲੱਗਾ ਵਿੱਚ ਸਾਡੀ ਪਹਿਲੀ ਦੇ ਮਤਲਬ ਕਿ ਸੈਂਟਰ ਦੇ ਵਿੱਚ। ਆਹ ਮੈਂ ਵੇਖਿਆ ਵਾ, ਉਹ ਪਹਿਲਾਂ ਵਟ ਇੱਧਰ ਸੀ, ਉਹਨੇ ਚੁੱਕ ਕੇ ਸਾਡੀ ਪਹਿਲੀ ਵੱਲ ਕਰਤੀ ਹੈ। ਹਾਏ ਰੱਬਾ, ਐਡੇ ਵੱਧ ਨੇ ਸ਼ਰੀਕੇ ਨੇ। ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀ ਸ਼ਰੀਕੇ ਬਸ ਪੈਲੀ ਨੂੰ ਪੈਂਦੇ ਨੇ। ਪਹਿਲਾਂ ਠੇਕੇ ਦੇ ਦਿੱਤੀ, ਹੁਣ ਇਹਨਾਂ ਦੇ ਮਨ 'ਚ ਸਾਨੂੰ ਮਿਲ ਜੇ। ਜੱਗੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਤੁਸੀਂ ਭੋਲੇ ਨਾ ਬਣਿਆ ਕਰੋ ਲੋਕਾਂ ਨਾਲ, ਪਰ ਉਹ ਤਾਇਆ ਜਿਹੜਾ ਮੀਸਣਾ ਨਾ ਮੀਸਣਾ, ਉਹ ਵਿੱਚ ਜੜਾਂ ਵੱਢਣ ਦੇ ਤੁਹਾਡੀਆਂ। ਤੁਹਾਨੂੰ ਇਹ ਚੀਜ਼ ਤੁਸੀਂ ਸਮਝ ਹੀ ਨਹੀਂ ਲੱਗਣ ਦੀ ਹੈਗੀ। ਯਾਰ ਤੂੰ ਨਾਲਾ ਮੈਨੂੰ ਕਹਿੰਦੀ ਤੇ ਮੈਂ ਨਾ ਜਾਂਦਾ, ਤੇ ਜਿਹੜੀ ਉਹ ਡੇਢ ਡੇਢ ਕਿੱਲਾ ਪੈਲੀ ਕਹਿੰਦੇ ਨੇ ਉਹ ਕਿੱਲਾ ਰਹੀ ਨਹੀਂ। ਡੇਢ ਕਿੱਲਾ ਪੈਲੀ, ਦੋ ਕਿੱਲੇ ਜਗ੍ਹਾ ਪੈਲੀ ਹੈ, ਦੋ ਕਿੱਲੇ ਪਹਿਲੇ ਡੇਢ ਕਿੱਲਾ ਬਣਾ ਕੇ ਬੈਠਾ ਹੀ। ਹਾਏ ਮੈਂ ਮਰ ਜਾ, ਇਹਨਾਂ ਕੰਜਰਾਂ ਦਾ ਕਿੱਥੋਂ ਭਲਾ ਹੋਣਾ ਵਾ ਜਿਹੜੇ ਐਡੀ ਨੀਤ ਮਾੜੀ ਰੱਖਦੇ ਨੇ। ਜੱਗੀ ਹੁਣ ਇਹ ਆ ਕਿ ਤੁਸੀਂ ਉਹਨੂੰ ਕਹੋ, ਉਹਨੂੰ ਛੱਡਿਆ ਕਾ ਤੋਂ ਸੁੱਕਾ। ਛੱਡਣਾ ਕੀ ਮੈਂ ਤਾਂ ਉੱਥੇ ਬੋਲਬਾਲੀ ਚ ਉਹ ਬਥੇਰਾ ਆਇਆ ਵਾ, ਪਰ ਮੈਂ ਸੋਚਿਆ ਕਿ ਨਹੀਂ ਬੰਦੇ ਇਕੱਠੇ ਕਰਕੇ ਫਿਰ ਇੱਕ ਵਾਰੀ ਗੱਲ ਕਰਾਂਗਾ, ਤੇ ਜੇ ਫਿਰ ਵੀ ਨਾ ਮੰਨੇ ਫਿਰ ਮੈਂ ਜੋ ਕਰਨਾ ਮੈਂ ਹੀ ਕਰਨਾ ਵਾ। ਜੱਗੀ ਐਡੀ ਨੀਤ ਮਾੜੀ ਤਾਈ ਦੀ, ਮੈਂ ਤਾਂ ਸੋਚਦੀ ਹਾਂ ਕਿ ਸਿਆਣੇ ਬਿਆਣੇ ਨੇ ਸ਼ਾਇਦ ਨਾ ਇੱਦਾਂ ਕਰਨ, ਮੈਂ ਤੇ ਉਦਾਂ ਹੀ ਤੁਹਾਡੇ ਨਾਲ ਗੱਲ ਕਰ ਬੈਠੀ। ਮੈਨੂੰ ਜੇ ਮੈਂ ਉਹਨੂੰ ਇਹ ਚੀਜ਼ ਕਹੀ ਹੈ ਕਿ ਤਾਇਆ ਪੈਰੀ ਛੱਡ, ਮੈਂ ਉਹ ਨਹੀਂ ਹੈ, ਨਹੀਂ 2 ਸਾਲ ਦਾ ਕੀਤਾ ਵਾ, 2 ਸਾਲ ਦਾ ਕੀਤਾ, 2 ਸਾਲ ਪਹਿਲੀ ਛੱਡਾ ਛੁਟਾ ਸਕਣਾ ਸੀ। ਅੱਗੋਂ ਤੁਹਾਨੂੰ ਕਹਿ ਦਿਆਂ ਡਿਆ ਯਾਰ, ਮੇਰੀ ਜ਼ਮੀਨ ਸਾਰਾ ਕੁਛ ਮੇਰਾ, ਹੱਕ ਮੇਰਾ, ਅੱਗੋਂ ਮੈਨੂੰ ਡਿਆ ਗੱਲ ਪੈਣ। ਬਣੇ ਰਹੋ ਭੋਲੇ, ਬਸ ਤੁਸੀਂ ਭੋਲੇ ਹੀ ਬਣ ਸਕਦੇ ਜੀ। ਤੁਹਾਨੂੰ ਤਾਂ ਮੈਂ ਬੜੇ ਚਿਰ ਦਾ ਵੱਡਿਆ ਸੀ ਕਿ ਬਸ ਉਹਨਾਂ ਨੇ ਇਹੀ ਕੰਮ ਕਰਨਾ ਸੀ। ਹੁਣ ਅੱਗੋਂ ਉਹਨੂੰ ਕਹੋ ਕਿ ਸਾਡੀ ਪੈਲੀ ਛੱਡ ਦੇ, ਆਪਾਂ ਨੇ ਲੈਣਾ ਠੇਕਾ ਠੂਕਾ ਤੇ ਕੋ, ਨਾਲੇ ਠੇਕਾ ਘੱਟ ਦੇ ਦਿੰਦੇ ਆ ਮੈਂ, ਉੱਤੋਂ ਤੂੰ ਪੈਲੀ ਵੀ ਸਾਂਭ ਕੇ ਬੈਠਾ ਵਾ। ਪੈਲੀ ਛੱਡ ਦੀ ਗੱਲ ਸਾਰੀ ਮੈਂ ਕਰਕੇ ਆਇਆ ਹਾਂ, ਉਹ ਕਹਿੰਦਾ 2 ਸਾਲ ਮੈਂ ਪਾਉਣੀ ਅਜੇ, ਜਦੋਂ ਗੱਲ ਹੀ ਪਹਿਲਾਂ 2 ਸਾਲ ਦੀ ਹੋਈ ਹੈ, ਉੱਤੋਂ ਵੀ ਚੀਜ਼ ਕਹੀ ਜਾਵੇ ਆਹ ਮੋਟਰ ਤੂੰ ਇੱਦਾਂ ਹੈ ਤੇਰੀ, ਆਹ ਮੈਂ ਇੱਥੇ ਪੈਸੇ ਲਾਏ ਨੇ, ਅੰਦਰ ਮੈਂ ਪੈਸਾ ਲਾਇਆ, ਉਹ ਮੈਂ ਸਾਰਾ ਕੁਝ ਵੇਖਿਆ, ਸਾਰਾ ਕੁਝ ਉੱਦਾਂ ਦਾ ਉੱਦਾਂ ਹੀ ਹੈ। ਉਹ ਬੜਾ ਕੁਝ ਕਹਿਣਾ ਉਹਨੇ, ਉਹਨਾਂ ਨੇ ਝੂਠ ਸੱਚ ਨੂੰ ਉਹੀ ਗੱਲ ਬਣਾ ਕੇ ਉਹੀ ਦੱਸੀ ਜਾਣਾ ਵਾ। ਸੱਚ ਹੀ ਕਹਿੰਦੇ ਕਿਹਾ ਵਾ ਕਿ ਸ਼ਰੀਕਾ ਸਾਰੇ ਕੰਮ ਕਰਦਾ ਵਾ, ਬਸ ਸਿਰਾ ਲੱਗ ਨਹੀਂ ਢੁਕਦਾ, ਤੇ ਕੰਮ ਇਹਨਾਂ ਦੇ ਵੀ ਉਹੀ ਨੇ। ਤੂੰ ਹੁਣ ਕੀ ਕਰਨਾ ਜੇ ਸੋਚਿਆ ਕੁਝ? ਸੋਚਣਾ ਕੀ ਹੈ ਯਾਰ, ਹੁਣ ਬਸ ਬੰਦੇ ਕਰਨਾ ਚਾਰੇ ਇਕੱਠੇ, ਹੁਣ ਜਾਣਾ ਫਿਰ ਇੱਕ ਵਾਰੀ, ਜੇ ਸਿੱਧੀ ਗੱਲ ਬਣੂਗਾ ਠੀਕ ਵਾ, ਨਹੀਂ ਤੇ ਕਪਾਹ ਧੋਣਾ ਹੀ ਫਿਰ। ਉਹ ਤਾਂ ਠੇਕਾ ਦੇਣ ਵੀ ਤਾਂ ਹੀ ਆਇਆ ਸੀ ਕਿ ਮੈਂ ਸੱਚਾ ਬਣ ਜਾ ਕਿ ਮੈਂ ਪੈਸੇ ਤੈਨੂੰ ਆਪੀ ਦੇ ਘਰ ਦੇ ਕੇ ਆਉਣਾ ਵਾ। ਮੈਂ ਵੀ ਆਖਾਂਗਾ ਠੇਕਾ ਬੜੀ ਛੇਤੀ ਦੇ ਜਾਂਦਾ, ਉਹਨਾਂ ਠੇਕਾ ਸਮਾਂ ਹੱਥੋਂ ਪਹਿਲੇ ਫੜਾ ਜਾਂਦਾ ਵਾ, ਇਹਨਾਂ ਨਹੀਂ ਪਤਾ ਕਿ ਸਾਡੀਆਂ ਜਿਹੜਾ ਡਿਆ ਵੱਢਣ। ਮੈਨੂੂੰ ਨਹੀਂ ਪਤਾ, ਹੁਣ ਜੋ ਵੀ ਕਰਨਾ ਕਰ ਲਿਓ ਤੁਸੀਂ। ਇੱਕ ਤਾਂ ਤੁਸੀਂ ਉਹੀ ਗੱਲ ਭੈਣਾਂ ਨੂੰ ਖਵਾਈ ਜਾਂਦੇ ਜੇ, ਰਹਿੰਦਾ ਖੁੰਦਾ ਚਾਚਾ ਵੀ ਤੁਹਾਡੇ ਕੋਲ ਖਾਈ ਜਾਂਦਾ। ਇਹਦੇ ਵਿੱਚ ਭੈਣ ਵਾਲੀ ਗੱਲ ਕਿੱਥੋਂ ਆ ਗਈ? ਪਤਾ ਮੈਨੂੰ ਸਾਰਾ ਹੀ, ਜਿੰਨੇ ਮਰਜ਼ੀ ਪਰਦੇ ਰੱਖੋ ਮੇਰੇ ਤੋਂ। ਪਰਦੇ ਰੱਖੋ ਤੇਰੇ ਤੋਂ? ਹੁਣ ਮੈਨੂੰ ਇਹ ਦੱਸੋ ਹਾਂ, ਜੋਤੀ ਦੀਦੀ ਇਹੀ ਕੱਲ ਕੀ ਦਿੱਤਾ ਜੇ ਉਹਨੂੰ? ਉਹਨੇ ਕੁਝ ਨਹੀਂ ਖੜਿਆ। ਏਦਾਂ ਦੇ ਹੋ ਨਹੀਂ ਸਕਦਾ, ਹਜ਼ਾਰਾਂ ਨਾਲ ਤੇ ਤੁਸੀਂ ਪਿਆਰ ਦਿੰਦੇ ਜੇ ਉਹਨੂੰ। ਤੇ ਜੇ ਦੇਤਾ ਤਾਂ ਫਿਰ ਕੀ ਹੈ, ਜੇ ਮੰਮੀ ਡੈਡੀ ਹੁੰਦੇ ਤਾਂ ਵੀ ਤਾਂ ਦਿੰਦੇ ਨਾ, ਤੇ ਜੇ ਮੈਂ ਦੇਤਾ ਤਾਂ ਮੈਂ ਗਲਤੀ ਕਰਤਾ ਵਾ। ਤੇ ਫਿਰ ਤਾਏ ਨੂੰ ਵੀ ਦੇ ਦਿਓ ਪੈਲੀ, ਉਹਨੇ ਪੈਲੀ ਵੀ ਲੈ ਲੈਣੀ ਤੁਹਾਡੀ। ਕੋਈ ਗੱਲ ਨਹੀਂ, ਬੜਾ ਪੂਰਾ ਜਾਣ ਕਰਦੇ ਹੋ ਤੁਸੀਂ। ਤੂੰ ਨਾ ਟੈਨਸ਼ਨ ਨਾ ਲੈ ਠੀਕ ਵਾ, ਜਿੱਦਾਂ ਮੈਂ ਪਹਿਲੀ ਦਿੱਤੀ ਨਾ ਪਿਆਰ ਨਾਲ, ਲਾਉਂਗਾ ਵੀ ਪਿਆਰ ਨਾਲ, ਤੇ ਜੇ ਪਿਆਰ ਨਾਲ ਨਾ ਮੰਨਿਆ ਤਾਂ ਡਾਂਗ ਨਾ ਲਵਾਂਗਾ। ਮੈਂ ਵੀ ਵੇਖਾਂਗਾ ਕਿੱਡਾ ਘੋਟਾ ਤਾਇਆ ਸੂਰਮਾ ਵਾ। ਇਹ ਚੀਜ਼ ਤੇ ਮੈਂ ਸਮਝਾਉਣੀ ਆ ਨਾ ਤੁਹਾਨੂੰ, ਐਵੇਂ ਨਾ ਕੰਮ ਕੁੰਮ ਵੱਲ ਦੇ ਚੱਕਰਾਂ 'ਚ ਹੁਣ ਪਓ, ਹੁਣ ਪਹਿਲੀ ਵੱਲ ਧਿਆਨ ਰੱਖੋ ਵੀ ਉਹਨੇ, ਨਹੀਂ ਤੇ ਜਿਹੜੀ ਹੈਗੀ ਨਾ ਥੋੜੀ ਬਹੁਤੀ ਉਹ ਵੀ ਸਾਂਭਣੀ ਆ, ਉਹ ਤਾਂ ਬਸ ਇਹਨਾਂ ਕੰਮਾਂ ਨੂੰ ਤੁਰਦਾ ਫਿਰਦਾ ਵਾ, ਹੋਰ ਕੀ ਹੈ। ਇਹ ਡਰ ਵਾ ਕਿ ਜਿਹੜਾ ਡੇਢ ਡੇਢ ਕਿੱਲੇ ਤੇ ਆ ਗਿਆ ਉਹਨੇ ਕੱਲ ਅੱਧੇ ਕਿੱਲੇ ਤੇ ਆਈ ਨਾ ਵਾ, ਕਿ ਤੂੰ ਤਾਂ ਦਿੱਤੀ ਅੱਧਾ ਕਿੱਲਾ ਹੀ। ਯਕੀ ਸਾਰੀਆਂ ਗੱਲਾਂ ਛੱਡੋ, ਪਹਿਲੀ ਉਹਦਾ ਤੁਹਾਡੇ ਨਾਂ ਹੀ ਆ ਨਾ।
ਪਿਆਲੀ ਦੇ ਸਾਹਮਣੇ ਦੱਸਾਂ ਕਿ ਚੀਜ਼ ਵਾ, ਪਿਆਲੀ ਸਾਲੀ ਇੱਦਾਂ ਹੀ ਖਿਲਰੀ ਹੈ, ਕਿਸੇ ਦੇ ਨਾਂ ਨਹੀਂ ਹੈਗੀ, ਕੋਈ ਇੰਤਕਾਲ ਨਹੀਂ, ਕੋਈ ਗੱਲ ਨਹੀਂ, ਬਾਤ ਨਹੀਂ, ਬਸ ਇਹ ਆ ਕਿ ਆਪੋ ਆਪਣੀ ਇੰਨਾ ਕੁ ਹੈਗਾ ਵਾ ਕਿ ਆਹ ਤੇਰੀ ਹੈ ਅਤੇ ਆਹ ਉਹਦੀ ਹੈ ਅਤੇ ਆਹ ਉਹਦੀ ਹੈ, ਇੱਦਾਂ ਨਹੀਂ। ਮੇਰੇ ਡੈਡੀ ਦੇ ਨਾਂ 'ਤੇ ਹੈ ਹੀ ਹੈ ਨਾ, ਤੁਹਾਡੇ ਨਾਂ ਹੋਏ ਕਿ ਡੈਡੀ ਦੇ ਨਾਂ ਵਾ? ਅੱਛਾ ਦਾਦੀ ਦੇ ਹੈ। ਆਹੋ ਹਾਏ ਰੱਬਾ, ਗਲੀ ਸਾਰੇ 'ਚ ਵੰਡੀ ਗਈ ਹੈ ਨਾ ਜੱਗੀ, ਉਹ ਤਾਂ ਬੰਦਾ ਹੀ ਬੜਾ ਨੀਦਾ ਮਾੜਾ ਵਾ, ਤਾਂ ਹੁਣ ਕਢਾਉਣੀ ਕਿੱਦਾਂ ਉਹਦੇ ਥੱਲੋਂ ਕਿੱਦਾਂ? ਉਹ ਤਾਂ ਮੈਨੂੰ ਨਹੀਂ ਡਿਆ ਹੁਣ ਪਤਾ ਲੱਗਾ ਨਾ। ਚੱਲ ਕੋਈ ਨਹੀਂ, ਵੇਖ ਲਾਂਗੇ ਹਾਲ। ਜਿੰਨਾ ਹਿੱਸਾ ਤਾਂ ਸਾਡਾ ਬਣਦਾ ਉਹਨਾਂ ਦਾ ਆਊਗਾ ਜੀ। ਉਹ ਤਾਂ ਆਉਣਾ ਹੀ ਆਉਣਾ ਵਾ, ਪਰ ਜਿੱਦਾਂ ਉਹ ਕਹਿ ਦੇ ਵਾ 2 ਕਿੱਲੇ ਨੂੰ ਉਹ 1.5 ਕਿੱਲਾ ਬਣਾਉਂਦੇ ਵਾ, ਤਾਂ ਫਿਰ ਕੀ ਕਰਾਂਗੇ? ਕੋਈ ਗੱਲ ਨਹੀਂ ਹੈ, ਇੱਥੇ ਪਟਵਾਰੀ ਸੱਦ ਕੇ, ਲੰਬਰਦਾਰ ਸੱਦ ਕੇ, ਬੰਦੇ ਨਾਲ ਵਿੱਚ ਚਾੜ ਪਾ ਕੇ ਤਾਂ ਸਾਰਾ ਕੰਮ ਹੀ ਕਰਾਂਗੇ। ਇਹ ਮੀਨਾ ਜਿਹਾ ਇਸੇ ਚੱਕਰਾਂ 'ਚ ਘੁੰਮਦਾ ਇੱਥੇ। ਕੋਈ ਗੱਲ ਨਹੀਂ, ਜੇ ਮੀਨਾ ਹੋਣਾ ਤਾਂ ਰੱਬ ਵੀ ਡਿਆ ਵੇਖਣ, ਅਤੇ ਜਿਹੜੇ ਮੀਨੇ ਹੁੰਦੇ ਆ ਨਾ, ਜਿਹੜੇ ਆ ਲੋਕਾਂ ਦੇ ਪਹਿਲੇ ਹੜੱਪਦੇ ਆ, ਦਾਲ ਆ ਗਏ, ਇਹ ਸਾਰਾ ਕੁਝ ਇੱਥੇ ਹੋਣਾ ਵਾ, ਨਰਕ ਵੀ ਇੱਥੇ, ਸਵਰਗ ਵੀ ਇੱਥੇ ਆ, ਵੇਖੇ ਕਿੱਦਾਂ ਮੰਜੀ 'ਤੇ ਪੈਂਦਾ। ਚੱਲ ਹੁਣ ਇਹਨਾਂ ਵੀ ਨਾ ਲੋਕਾਂ ਨੂੰ ਮਾੜਾ ਚੰਗਾ ਕਹੀ। ਨਹੀਂ ਮੈਨੂੰ ਕੀ ਲੋੜ ਆ ਯਾਰ ਲੋਕਾਂ ਨੂੰ ਚੰਗਾ ਮਾੜਾ ਕਹਿੰਦੀ ਹੈ, ਲੋਕ ਤਾਂ ਜੇ ਫਿਰ ਸ਼ਰਮ ਖਾ ਜਾਂਦੇ ਆ, ਆਦ ਨਾ ਖਾਂਦਾ ਲੱਗ ਗਏ। ਸੱਚ ਕਹਿੰਦੇ ਕਿਹਾ ਵਾ ਕਿ ਮਾਂ ਪਿਓ ਮਰ ਤੋਂ ਬਾਅਦ ਨਾ ਕੋਈ ਨਹੀਂ ਦਰਦੀ ਬਣਦਾ, ਸਾਡਾ ਹੱਕ ਇਹਨਾਂ ਨੂੰ ਡਿਆ ਮਿਲਦੇ, ਤਾਂ ਪਹਿਲਾਂ ਸ਼ੁਰੂ ਤੋਂ ਭੂਵੇ ਚੜਾਏ ਲੋਕ ਤਾਂ ਤਾਂ ਹੀ ਇੱਦਾਂ ਕਰਦੇ ਨੇ। ਚਲ ਕੋਈ ਗੱਲ ਨਹੀਂ ਯਾਰ, ਹੁਣ ਪਾ ਗਏ ਨਾ 4-5 ਬੰਦੇ ਇਕੱਠੇ ਕਰਕੇ, ਅਤੇ ਮੈਂ ਤਾਂ ਕਹਿੰਦਾ ਕਿ ਪਿਆਰ ਨਾਲ ਗੱਲ ਨਹੀਂ ਵਰਜੇ, ਨਾ ਹੀ ਲੜਾਈ ਹੋਵੇ। ਜੋ ਕਰਨਾ ਕਰਿਓ, ਹੁਣ ਮੈਂ ਕੀ ਕਰਾਂ, ਮੈਨੂੰ ਤਾਂ ਤੁਸੀਂ ਸਾਰਾ ਟੱਬਰ ਐਵੇਂ ਹੀ ਸਮਝਦਾ ਜੀ। ਚੱਲ ਚਾਹ ਘੁੱਟ ਬਣਾ ਦਿੰਦੀ ਹਾਂ। ਬਣੀ ਨਹੀਂ ਚਾਹ ਤੇਰੀ? ਮੰਮੀ ਚਾਹ ਤਾਂ ਮੈਂ ਲੱਗੀ ਹਾਂ ਰੱਖਣ, ਬਸ ਬਣ ਜਾਣੀ ਆ ਚਾਹ ਛੇਤੀ। ਤੁਸੀਂ ਜਾਂ ਮੈਨੂੰ 5 ਮਿੰਟ ਪਹਿਲਾਂ ਕਹਿੰਦੇ ਨਾ, ਹੁਣ ਤੁਹਾਨੂੰ ਪਤਾ ਮੈਂ ਤੂੰ ਕਦੇ ਦੀ ਤਰੂਨ ਨੂੰ ਫੜ ਕੇ ਕਦੀ ਐਨ ਤੁਰੀ ਫਿਰਦੀ, ਕਦੀ ਐਨ ਤੁਰੀ ਫਿਰਦੀ ਹਾਂ, ਅਤੇ ਮੈਂ ਜੇ ਮੈਂ ਕਹਿ ਤਾਂ ਫਿਰ ਤੂੰ ਕਹਿਣਾ ਮੰਮੀ ਨੇ ਕੰਮ ਡਾ, ਤਾਂ ਹੁਣ ਇੱਕ ਕੰਮ ਕਰ ਹੀ ਲਏ। ਮੰਮੀ ਮੇਰੀ ਗੱਲ ਸੁਣੋ, ਚਾਹ ਮੈਂ ਤਾਂ ਨਹੀਂ ਬਣਾਉਂਦੀ, ਕਿਆ ਵੇਖ ਲਓ ਤੁਹਾਡੇ ਸਾਹਮਣੇ ਪੱਤੀ, ਇੰਨੀ ਕੁ ਪੱਤੀ ਰਹਿ ਗਈ ਹੈ, ਤਾਂ ਥੋੜ੍ਹੀ ਜਿਹੀ ਖੰਡ ਵਾ ਡੱਬੇ ਦੇ ਵਿੱਚ, ਜਾਂ ਹੁਣ ਚਾਹ ਬਣਾਉਣੀ ਜਾਂ ਸਵੇਰੇ ਚਾਹ ਬਣਨੀ, ਇੱਕੋ ਟਾਈਮ। ਨਹੀਂ ਮੈਂ ਮੰਮੀ ਇਕੱਲੀ ਖਾਂਦੀ ਪੀਂਦੀ ਹੈ, ਤੁਸੀਂ ਨਹੀਂ ਖਾਂਦੇ ਪੀਂਦੇ, ਅਤੇ ਆਹ ਨਾਲੇ ਹੁਣ ਜੇ ਤਾਂ ਜੇ ਖੰਡ ਪੱਤੀ ਮੰਗਾਈ ਝਾਟੀ ਮੁੱਕ ਗਈ। ਮੰਮੀ ਜਦੋਂ ਕੋਈ ਆ ਜਾਂਦਾ ਤੁਸੀਂ ਫਿਰ ਕਹਿੰਦੇ ਤਾਂ ਅੱਗੇ ਝਾਟੀ ਕਿ ਪੰਮ ਚਾਹ ਬਣਾ, ਤਾਂ ਤੁਹਾਨੂੰ ਪਤਾ ਚਾਹ ਦੇ ਵਿੱਚ ਤਾਂ ਖੰਡ ਪੱਤੀ ਪੈਣੀ ਹੈ, ਜੇ ਚਾਹ ਨਾ ਬਣੇ ਤਾਂ ਫਿਰ ਤੁਸੀਂ ਮੈਨੂੰ ਕਹਿਣਾ। ਪੈਸੇ ਵਾਲੀ ਗੱਲ 'ਤੇ ਤਾਂ ਤੂੰ ਆਉਂਦੀ ਨਹੀਂ, ਅਤੇ ਮੁੰਡੇ ਮੇਰੇ ਨੂੰ ਉੱਥੇ ਕੋਈ ਆਇਆ ਨਹੀਂ ਆ ਦੂਜਾ ਡਰਾਈਵਰ, ਅਤੇ ਉਹਨੂੰ ਨਹੀਂ ਉਹ ਛੁੱਟੀ ਮਿਲੀ, ਅਤੇ ਨਾ ਉਹਨੇ ਆਉਣਾ ਅਤੇ ਨਾ ਉਹਨੇ ਪੈਸੇ ਹੀ ਪਾਉਣੀ, ਅਤੇ ਹੁਣ ਮੈਂ ਦੱਸ ਕੀ ਕਰਾਂ? ਮੰਮੀ ਮੈਂ ਤੁਹਾਨੂੰ ਮੁੰਡੇ ਥੋੜ੍ਹੀ ਗੱਲ ਕਰਨ ਡਈ, ਉਹ ਤਾਂ ਮਹਾਂ ਗਿਆ, ਮੈਂ ਨਹੀਂ ਚੱਲ ਕੋਈ ਗੱਲ ਨਹੀਂ, ਕੋਈ ਲਿਆਊਗਾ ਨਾ 1000-2000, ਮੈਂ ਤੁਹਾਨੂੰ ਡਈ ਕਹਿਣਾ ਕਿ ਮਾੜਾ ਮੋਟਾ ਜਾ ਕੇ ਸਬਦਾ ਹੀ ਲਿਆਓ, ਕੋਈ ਖੰਡ ਕੋਈ ਪੱਤੀ ਮਾੜਾ ਮੋਟਾ, ਜਿਹੜੀਆਂ ਚੀਜ਼ਾਂ ਮੇਨ ਚਾਹੀਦੀਆਂ ਉਹ ਤਾਂ ਲਿਆਓ। ਮੇਰੇ ਕੋਲ ਤਾਂ ਢੋ ਢੋਕ ਮੈਂ ਤਾਂ ਗਈ ਹੋ ਹਾਰ, ਹੁਣ ਮੈਂ ਤੁਹਾਡੇ ਭਾਪੇ ਨੂੰ ਯਾਰ ਜਦੋਂ ਜਾਣਾ ਨਾ ਮੱਝ ਸੋਣੀ ਸੇਖ ਪੱਤੇ, ਅਤੇ ਐਂ ਕਰਨਾ 2-4 ਛਿੱਕੀਆਂ ਮੰਗਾ ਲੈਣੀਆਂ, ਉਹ ਆਪਣੇ ਤਾਂ ਮੇਰੇ ਮੂੰਹ 'ਤੇ ਪਾ ਦਿਓ, ਮੰਮੀ ਜ਼ਿਆਦਾ ਖਾਂਦੀ, ਮੰਮੀ ਜ਼ਿਆਦਾ ਖਾਂਦੀ, ਹਰ ਵੇਲੇ ਮੰਮੀ ਦਾ ਹੀ ਨਾਂ ਲਾਖਦੀ, ਅਤੇ ਜੇ ਕੋਈ ਆਉਂਦੀਆਂ ਤਾਂ ਵੀ ਕਹਿ ਦਿੰਦੀ। ਮੰਮੀ ਮੈਂ ਤਾਂ ਤੁਹਾਨੂੰ ਇੱਕ ਨੋਰਮਲ ਗੱਲ ਕੀਤੀ ਹੈ, ਤਾਂ ਤੁਸੀਂ ਤਾਂ ਸਿਰ ਦੇ ਵਾਲਾਂ ਨੂੰ ਪਈ ਜਾਣ ਦਿਓ, ਲਿਆਉਣਾ ਤਾਂ ਮਾਸਾ ਸਰਦਾ, ਇਹ 'ਚ ਬਾਬੇ ਬੁੱਬੇ ਵਾਲੀ ਕਿਹੜੀ ਗੱਲ ਆ ਗਈ? ਪੰਮ ਨੋਰਮਲ ਇਹ 'ਚ ਕਿਹੜੀ ਗੱਲ, ਤੂੰ ਜੂ ਕਿਹਾ ਨਾਲੇ ਸਹੇਲੀਆਂ ਭੈਣਾਂ ਆ ਜਾਂਦੀ, ਤਾਂ ਜੇ ਕੋਈ ਮੇਰੇ ਲਾਗੇ ਆ ਹੀ ਜਾਂਦੀ ਹੈ ਕੋਈ ਦੁੱਖ ਸੁੱਖ ਭੋਲਣਾ ਆਪਣੀ ਨੂੰਹ ਦੀ ਦਾ, ਤਾਂ ਤੈਨੂੰ ਵੀ ਚੰਗੀਆਂ ਨਹੀਂ ਲੱਗਦੀਆਂ? ਮੰਮੀ ਉਦਾਂ ਤਾਂ ਮੈਂ ਚੀਰ ਕੋਈ ਬਣਾਉਣ ਨੂੰ ਕਹਾਂ, ਤੁਸੀਂ ਕਹਿੰਦੇ ਤੁਹਾਡਾ ਚਸਕਾ ਬੜਾ ਚਸਕਾ ਬੜਾ, ਤੈਨੂੰ ਵੀ ਇਹ ਹੁੰਦਾ ਖਰੇ ਵੀ ਜਿਹੜੇ ਕੋਈ ਆ ਜਾਂਦੀ ਮੇਰੀਆਂ ਗੱਲਾਂ, ਤੇਰੀਆਂ ਗੱਲਾਂ ਨਹੀਂ ਮੈਂ ਕਰਦੀ, ਮੈਂ ਤਾਂ ਆਪਣੀ ਗੱਲਾਂ ਮੈਨੂੰ ਕਰਨ ਲਈ ਬਥੇਰੀਆਂ ਵਾ, ਮੈਂ ਤੇਰੀਆਂ ਕੱਲ ਹੀ ਗੱਲਾਂ ਕਰਨੀਆਂ। ਤੁਸੀਂ ਜਿਵੇਂ ਮੇਰੇ ਸਿਰ ਦੇ ਵਾਲਾਂ ਨੂੰ ਪਈ ਜਾਣ ਡਿਓ, ਮੈਂ ਕਹਿਣ ਕੁਛ ਡਈ ਹਾਂ, ਤੁਸੀਂ ਗਾੜੀਆਂ ਕੁਛ ਪਈ ਜਾਣ ਡਿਓ, ਲਿਆਉਣਾ ਤੇ ਇੱਕ ਮਾਸਾ ਸਰਦਾ, ਇਹ 'ਚ ਬਹਿਸ ਬਾਜੀ ਦੀ ਲੋੜ ਹੀ ਨਹੀਂ। ਜਦੋਂ ਮੈਂ ਤੈਨੂੰ ਕਹਿੰਦੀ ਉੱਥੋਂ ਫੋਨ ਕਰਕੇ ਪੈਸੇ ਮੰਗਾ ਲਾ, ਉਹ ਗੱਲ ਤਾਂ ਤੂੰ ਆਉਂਦੀ ਨਹੀਂ, ਇਹ ਕੰਨ 'ਚ ਸੁਣ ਲੈਂਦੀ, ਇੱਧਰੋਂ ਕੱਢ ਲੈਂਦੀ ਤੂੰ। ਮੰਮੀ ਤੁਸੀਂ ਇੱਕੋ ਹੀ ਰੱਟ ਲਾਈ ਹੈ, ਪੈਸੇ ਮੰਗਾ ਲਾ ਪੈਸੇ ਮੰਗਾ ਲਾ, ਉਹਦੇ ਪੈਸਿਆਂ ਨਾਲ ਤੁਸੀਂ ਕੀ ਕਰ ਲਓ? ਨਹੀਂ ਆਪ ਤਾਂ ਭਰਾ ਤੇਰੇ ਨੇ ਗੱਡੀ ਖਿਲਾਰੀ ਐਡੀ ਵੱਡੀ ਘਰ, ਤੇ ਤੈਨੂੰ ਨਹੀਂ ਦੇ ਸਕਦਾ? ਮੈਂ ਤੇਰੇ ਭਲੇ ਲਈ ਕਹਿਣ ਦੀ, ਹੁਣ ਕੱਚਾ ਥਾਂ ਇੱਥੇ ਮੀਂਹ ਪਿਆ ਤੇ ਉੱਥੇ ਚੂਹਾ ਵੇ ਕੋਠਿਆਂ ਤੇ ਪੈਣ ਡਿਆ, ਤੈਨੂੰ ਨਹੀਂ ਦੇ ਦੇ ਆਪਣੇ ਕਮਰੇ? ਗੱਡੀ ਤੇ ਮੰਮੀ ਉਹ ਲਾਗੇ ਗਵਾਂਢੀਆਂ ਦੀ ਹੈ, ਤੇ ਕਿਸੇ ਵੇਲੇ ਨਹੀਂ ਜਗ੍ਹਾ ਹੁੰਦੀ ਲਾਉਣ ਨੂੰ, ਤਾਂ ਕਰਕੇ ਲਾਉਂਦੇ ਆ, ਕਿਹੜੀ ਮੇਰੇ ਭਰਾ ਨੇ ਗੱਡੀ? ਤੈਨੂੰ ਇੱਦਾਂ ਹੀ ਕਹਿੰਦੇ ਹੁੰਦੇ ਆ, ਅਗਲੀ ਸ਼ਰਨ ਪਤਾ ਕਿੰਨੀ ਤੇਜ਼ ਵਾ,
ਮੰਮੀ ਤੁਹਾਨੂੰ ਬੜਾ ਭੁਲੇਖਾ ਵਾ, ਤੁਸੀਂ ਤਾਂ ਲੋਕੀ ਜੰਮ ਦੇ ਦੁੱਧ ਪਿਉਣ ਡੈ ਪੈਂਦੇ, ਤੁਸੀਂ ਤੇ ਮੈਨੂੰ ਲੱਗਦਾ ਜੰਮਦੇ ਉਹਨੂੰ ਸ਼ਰਾਬ ਪਿਉਣ ਡਾ ਤਾ। ਮੰਮਾ ਤੂੰ ਕੱਲ ਦੀ ਕੁੱਟ ਲੱਗਦਾ ਛੇਤੀ ਚੇਤਾ ਭੁੱਲ ਗਈ ਆ। ਮੰਮੀ ਨਾਲੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਤੁਸੀਂ ਮੁੰਡੇ ਸਾਹਮਣੇ ਇੱਦਾਂ ਨਾ ਕਰਿਆ ਕਰੋ। ਤੁਸੀਂ ਮੁੰਡੇ ਸਾਹਮਣੇ ਇੱਦਾਂ ਕਰਦੇ ਮੁੰਡੇ ਦੇ ਦਿਮਾਗ ਤੇ ਕੀ ਪ੍ਰਭਾਵ ਪੈਂਦਾ। ਮੈਂ ਮੁੰਡੇ ਸਾਹਮਣੇ ਕੋਈ ਗੱਲ ਨਹੀਂ ਕਰਦੀ, ਮੈਂ ਮੁੰਡਾ ਨਾਲੇ ਤੇਰਾ ਨਹੀਂ ਬਹੁਤਾ, ਮੇਰਾ ਵੀ ਕੋਈ ਲੱਗਦਾ ਵਾ। ਜੇ ਤੁਹਾਡਾ ਲੱਗਦਾ ਹੋਵੇ ਨਾ ਤੁਸੀਂ ਕੋਹ ਨਾ ਕੋਹ ਸੋਚੋ ਉਹਦੇ ਵਾਸਤੇ, ਤੁਸੀਂ ਤੇ 24 ਘੰਟੇ ਬਸ। ਨਹੀਂ ਮੈਂ ਇਹੋ ਆਨੀ ਹੈ, ਚੱਲ ਖਸੂਆਂ ਨੂੰ ਖਾਏ ਥਾਂ ਨਹੀਂ ਲਵਾਉਣੀ ਇੱਟ ਨਾਲ ਵਾਈ, ਚੱਲ ਮੁੰਡੇ ਤੇਰੇ ਦੇ ਕੱਲ ਨੂੰ ਕੰਮ ਆ ਜਾਣਗੇ ਪੈਸੇ। ਮੁੰਡੇ ਨੇ ਨਾਨਕਿਆਂ ਤੋਂ ਖਾ ਕੇ ਵੱਡਾ ਹੋਣਾ ਵਾ, ਉਹਦਾ ਪਿਓ ਕਮਾਵੇ ਜੇ ਤੁਸੀਂ ਜਿੱਦਾਂ ਮਰਜ਼ੀ ਕਰ। ਮੈਂ ਖਵਾਲਣ ਦੀ ਨੀ ਗੱਲ ਕਰਦੀ, ਕੱਲ ਨੂੰ ਪੜਾ ਦਾ ਕਿ ਜਵਾਨ ਹੋਣੇ ਉਹਨੂੰ ਸੈੱਟ ਨਹੀਂ ਕਿਤੇ ਕਰਨਾ। ਤੇ ਸੈੱਟ ਨਾਨਕਿਆਂ ਨੇ ਥੋੜਾ ਠੇਕਾ ਲਿਆ ਮੰਮੀ, ਜਿਨ੍ਹਾਂ ਦਾ ਮੁੰਡਾ ਉਹ ਕਰਨ ਨਾ ਕਰਨ। ਪਮ ਮੈਂ ਤੇਰੇ ਜਿੰਨਾ ਬਸ਼ਰਮ ਬੰਦਾ ਨਹੀਂ ਵੇਖਿਆ, ਤੂੰ ਇਧਰੋਂ ਸੁਣ ਲੈਂਦੀ ਤੇ ਇਧਰੋਂ ਕੱਢ ਲੈਂਦੀ ਆ। ਜੇ ਤਾਂ ਤੂੰ ਚਾਹੁੰਦੀ ਆ ਵੀ ਘਰ ਕਲੇਸ਼ ਨਾ ਪਏ, ਘਰ ਸੌਦਾ ਪਤਾ ਪੂਰਾ ਆਏ, ਤੇ ਮੇਰੀ ਸੁਣ ਲਾ ਗੱਲ, ਮੈਂ ਤਾਂ ਕੋਈ ਪੈਸਾ ਨਹੀਂ ਮੁੰਡੇ ਆਪਣੇ ਨੂੰ ਕਹਿਣਾ ਇੱਥੇ ਤੈਨੂੰ ਖਰਚਾ ਕਲਾ, ਤੇ ਆਪਣਾ ਤੇ ਆਪਣੇ ਮੁੰਡੇ ਦਾ ਬੰਦੋਬਸਤ ਕਰ ਲਾ, ਤੇ 2-4 ਘਰਾਂ ਦਾ ਕੰਮ ਕਰਨਾ ਸ਼ੁਰੂ ਕਰ ਦੇ ਚੰਗਾ। ਤੇ ਵਲਾ ਇਦਾਂ ਨਾ ਔਖੀ ਔਖੀ ਵੇਖ, ਤੇਰੀਆਂ ਡੇਲੇ ਜੇ ਕੱਢ ਕੇ ਤੇ ਮੈਂ ਤੇਰੇ ਹੱਥ ਤੇ ਧਰ ਦੇਣੇ ਆ। ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਮੰਮੀ ਚਾਹੁੰਦੇ ਕੀ ਆ, ਕਿੰਨਾ ਸੋਹਣਾ ਕਹਿ ਗਈ ਆ ਕਿ ਦੋਵਾਂ ਚੋਵਾਂ ਘਰਾਂ ਦਾ ਕੰਮ ਕਰ ਲਾ, ਹੁਣ ਦੱਸ ਮੈਨੂੰ ਇਹੀ ਕੰਮ ਕਰਨਾ ਪੈਣਾ। ਜੇ ਉੱਥੇ ਮੇਰੀ ਕਿਸਮਤ 'ਚ ਸੁੱਖ ਨਹੀਂ ਤੇ ਵਾਹਿਗੁਰੂ ਮੈਨੂੰ ਇੱਥੇ ਸੁੱਖ ਦੇਣ ਦਾ। ਲੋਕੀ ਕਹਿੰਦੇ ਆ ਜੇ ਗਾੜੀ ਇੱਥੇ ਨਹੀਂ ਸੁੱਖ ਤਾਂ ਚਲੋ ਉੱਥੇ ਸੁੱਖ ਆ ਜਾਣਾ, ਪਰ ਮੇਰੀ ਤਾਂ ਸਾਰੀ ਉਮਰ ਹੀ ਇੱਦਾਂ ਹੀ ਲੰਘ ਚੱਲੀ ਆ। ਕਿੰਨਾ ਸੋਹਣਾ ਮੂੰਹ ਭਰ ਕੇ ਕਹਿਤਾ ਕਿ ਦੋਵਾਂ ਚੋਵਾਂ ਘਰਾਂ ਦਾ ਕੰਮ ਕਰ ਲਾ, ਪਰ ਕਰਾਂ ਤਾਂ ਕਰਾਂ ਵੀ ਕੀ, ਜੇ ਕਿਤੇ ਉਹੀ ਮੇਰਾ ਬੰਦਾ ਚੰਗਾ ਹੋਵੇ ਤਾਂ ਮੈਨੂੰ ਕੀ ਲੋੜ ਵਾ ਇੰਨੀਆਂ ਗੱਲਾਂ ਇਹਨਾਂ ਦੇ ਸੁਣਨ ਦੇ। ਉਹ ਵੀ ਨਹੀਂ ਨਾ ਮੇਰੀ ਸਾਰ ਪੁੱਛਦਾ, ਇਹ ਕਮ ਸੇ ਕਮ ਤੂੰ ਹੀ ਮੇਰੇ ਦੁੱਖ ਸੁੱਖ ਦਾ ਭਿਆਲੀ ਬਣ। ਜੇ ਕਿਤੇ ਚੰਗਾ ਹੋਵੇ ਤਾਂ ਕੀ ਲੋੜ ਆ ਇੰਨੀਆਂ ਗੱਲਾਂ ਮੰਮੀ ਕਰਜੇ, ਆਪਣਾ ਖਾਂਦਾ ਕਮਾਉਂਦਾ ਮਜ਼ੇ ਨਾਲ ਆਪਣਾ ਰਹਿੰਦਾ। ਸਾਡੀ ਮੇਰੀ ਕਿਸਮਤ ਇੱਦਾਂ ਦੀ ਕਿਉਂ ਮਾੜੀ ਆ ਰੱਬਾ, ਮੈਂ ਕੀ ਤੇਰਾ ਮਾੜਾ ਕੀਤਾ ਵਾ, ਕਦੇ ਆਹ ਕੰਮ ਕਰ ਲਾ ਕਦੇ ਆਹ ਕਰ ਲਾ। ਸਮਝ ਨਹੀਂ ਆਉਂਦੀ ਕਿ ਕੀ ਕਰਾਂ ਅਤੇ ਕੀ ਨਾ ਕਰਾਂ। ਦੋ ਬੁਰਕੇ ਰੋਟੀ ਦੀਆਂ ਖਾਣੀਆਂ ਨਾ, ਉਹ ਵੀ ਨਹੀਂ ਕਿਤੇ ਸਵਾਦ ਨਾ ਖਾਣ ਦਿੰਦੇ ਕਿ ਉਹੀ ਖਾ ਲਾ। ਆਂਟੀ ਜੀ ਅੱਜ ਬੜੀਆ ਆਵਾਜ਼ਾਂ ਮਾਰਨ ਡਿਆ, ਕੀ ਗੱਲ ਹੈ? ਇੱਧਰ ਆਇਓ ਗੱਲ ਸੁਣਿਓ। ਕੀ ਗੱਲ ਆ? ਹੈ ਘਰ ਨਾ ਆ ਜੇ ਕਿਤੇ ਬਾਹਰ ਹੀ ਗੱਲ ਕਰ ਲੈਣੀ। ਬੜੀਆਂ ਆਵਾਜ਼ਾਂ ਡਈ ਮਾਰੀ। ਹੈ ਕਿੱਥੋਂ ਆਏ ਜੀ? ਮੈਂ ਕੂੜਾ ਸੁੱਟ ਕੇ ਆਈ ਹਾਂ। ਤੇ ਹੋਰ ਸੁਣਾ ਹੁਣ ਠੀਕ ਹੈ ਲੱਤਾਂ ਲੁੱਤਾਂ? ਹਾਂ ਪੁੱਤ ਮੈਂ ਸਭ ਠੀਕ ਠਾਕ ਹਾਂ, ਮੈਂ ਜੱਗੀ ਦਾ ਭਲਾ ਹੋਵੇ ਜਿਹੜਾ ਮੈਨੂੰ ਵਿਚਾਰਾ ਦਵਾਈ ਦੁਈ ਦਵਾ ਲਿਆ ਹੁੰਦਾ ਵਾ। ਆਹੋ ਤੁਸੀਂ ਇੱਦਾਂ ਸੀਸਾ ਦਿਆ ਕਰੋ ਨਾ, ਫਿਰ ਆਪੇ ਮਨ ਮੇਰਾ ਵੀ ਖੁਸ਼ ਹੁੰਦਾ ਵਾ, ਮੈਂ ਵੀ ਇੱਕੀ ਹੁੰਦੀ ਫਿਰ ਮੈਨੂੰ ਵੀ ਗੁੱਸਾ ਚੜ ਜਾਂਦਾ ਵਾ। ਤੂੰ ਤਾਂ ਕਦੀ ਘਰ ਗਈ ਨੂੰ ਕਿਤੇ ਪਾਣੀ ਵੀ ਨਹੀਂ ਪੁੱਛਿਆ ਹੈਗਾ। ਨਹੀਂ ਨਹੀਂ ਆਂਟੀ ਆਓ ਪਾਣੀ ਪਿਆ ਦਿੰਦੀ ਹਾਂ। ਇਹ ਕਿੱਦਾਂ ਦੀ ਗੱਲ ਕੀਤੀ ਤੁਸੀਂ? ਫਿਰ ਉਹੀ ਗੱਲ ਕੀਤੀ ਨਾ, ਉਹ ਵੇਖੋ ਇੱਕ ਕੋਠੀ ਪਾ ਕੇ ਬੈਠਾ, ਪਤਾ ਤੁਹਾਨੂੰ ਕੀ ਕਰਦਾ ਫਿਰਦਾ? ਕੀ ਕਰਦਾ? ਹੈ ਤੇ ਸਾਡਾ ਤਾਇਆ ਹੀ ਆ ਨਾ, ਜਿਹੜਾ ਵੱਡੀ ਜਾਂਦੇ ਵਿੱਚੋਂ ਵਿੱਚ ਹੀ ਹੱਡੀਆਂ। ਇਹਨੇ ਤੇ ਸਾਡਾ ਬੇੜਾ ਗਰਕ ਕਰਕੇ ਰੱਖ ਛੱਡਿਆ। ਅੱਛਾ, ਜਿਹੜੀ ਪੈਲੀ ਸੀ ਨਾ ਹੱਡੀ ਉਹ ਵੀ ਰੱਖ ਫਿਰਨ ਦਿਆ ਕਿ ਮੈਨੂੰ ਮਿਲ ਜੀ। ਅੱਛਾ, ਇਹ ਇਹ ਜਿਹੜਾ ਜਿੰਦਰ ਅੰਕਲ ਹੈ ਦੱਸ, ਐਡਾ ਵੱਧ ਵਣਾ ਆਪਾਂ ਤਾਂ ਸੋਚਿਆ ਹੀ ਨਹੀਂ ਇਦਾਂ ਦਾ ਵਾ। ਪੈਲੀ ਦਿੱਤੀ ਸੀ ਆਪਾਂ ਠੇਕੇ ਤੇ, ਆਹ ਠੇਕੇ ਦਿੱਤੀ ਸੀ ਮੈਨੂੰ ਪਤਾ, ਠੇਕੇ ਤੇ ਦਿੱਤੀ ਸੀ ਨਾ। 2 ਕਿੱਲੇ ਪੈਲੀ ਆ ਤੇ ਉਹਨੂੰ 1.5 ਕਿੱਲਾ ਬਣਾਈ ਜਾਂਦੇ ਆ ਵਾ। ਹੋ ਰੱਬ ਹੀ ਫਨਾ ਆਇਆ ਨਾ ਇਹੋ ਜਿਹੇ ਬੰਦੇ ਕੋ, ਇਦਾਂ ਤੇ ਨਹੀਂ ਨਾ ਚਾਹੀਦੇ ਹੈਗੇ, ਇੰਨਾ ਚਾਹੀਦਾ ਨਹੀਂ ਨਾ, ਪਰ ਕਰਦੇ ਆ ਵਣਾ ਇਦਾਂ। ਉਹੀ ਗੱਲ ਭਲੇ ਮਨਸ ਦਾ ਜਮਾਨਾ ਨਹੀਂ ਹੈਗਾ, ਜਮਾਨਾ ਹੀ ਹੈ ਨਹੀਂ ਅੱਜ ਕੱਲ ਤੇ। ਇੱਕ ਉਹੋ ਜਿਹਾ ਜੱਗੀ
ਜਿਹਦੇ ਮਰਜ਼ੀ ਆਖੇ ਲਾ ਕੇ ਕਦੇ ਉਧਰ ਨੂੰ ਘੁੰਮਦਾ ਫਿਰਦਾ ਵਾ, ਕਦੇ ਇਧਰ ਨੂੰ ਘੁੰਮਦਾ ਫਿਰਦਾ ਵਾ, ਇਹ ਤੇ ਵਹਿੰਦਾ ਹੀ ਨਹੀਂ ਕਿ ਵਿੱਚੋਂ ਵਿੱਚੋਂ ਕੀ ਜੜਾਂ ਵੜਦੇ ਲੋਕ। ਉਹਨੇ ਤਾਂ ਕਦੀ ਨਾ ਹੀ ਨਹੀਂ ਕੀਤੀ, ਜਿਹੜਾ ਆਖੇ ਉਹਦੇ ਨਾਲ ਹੀ ਤੁਰ ਪੈਂਦਾ ਵਾ। ਤੁਹਾਨੂੰ ਪਤਾ ਹੀ ਹੈ ਨਾ, ਤੁਹਾਨੂੰ ਕਿਹਾ ਕਦੇ ਨਾ ਕੀਤੀ ਹੈ ਨਾ, ਕਦੀ ਨਹੀਂ ਨਾ ਕੀਤੀ ਹੈਗੀ ਉਹਨੇ ਮੈਨੂੰ। ਇਹਨਾਂ ਗੱਲਾਂ ਤੋਂ ਫਿਰ ਆਂਟੀ ਗੁੱਸਾ ਚੜਦਾ ਵਾ ਨਾ, ਤੁਸੀਂ ਆਪ ਸਿਆਣੇ ਜੀ। ਗੁੱਸਾ ਫਿਰ ਚੜਦਾ ਹੀ ਆ, ਹੁਣ ਸਿਆਣਾ ਪਿਆਣਾ ਹੈਗਾ ਹੀ, ਬੰਦਾ ਕੀ ਕਵੇ ਇਹਨੂੰ, ਬੰਦਿਆਂ ਵਾਲੇ ਕੰਮ ਕਰਨ ਦੇ ਇਹ ਗਲਤ ਗੱਲ ਆ ਹੈ। ਸ਼ਰੇ ਆਮ ਕਹਿਤਾ ਕਿ ਮੈਂ ਤੇ ਪੈਲੀ ਵੀ ਨਹੀਂ ਛੱਡਣੀ, ਮੈਂ ਤੇ ਆਪ ਰੱਖਣੀ ਆਪਣੇ ਕੋਲ। ਦੱਸ ਲੋੜਾ ਆ ਜੇ ਇਹੋ ਜਿਹੇ, ਕੋਈ ਨੀ ਮੈਨੂੰ ਰਾਹ ਚ ਟੱਕਰ ਲਾਂਦੇ ਕਿਤੇ, ਮੈਂ ਇਹਨੂੰ ਪੁੱਛਾਂਗੀ ਨਾ ਬਿਠਾ ਕੇ ਕੀ ਮਾੜਾ ਤੇਰਾ ਕੀਤਾ ਆਪਾਂ ਅੰਕਲ ਜੀ, ਕਿੱਧਰੋਂ ਮਾੜੇ ਰਹੇ ਆਪਾਂ। ਪੈਲੀ ਜਦੋਂ ਉਦੋਂ ਦੀ ਤੁਹਾਨੂੰ ਦਿੱਤੀ, ਤੁਸੀਂ ਸਿਰ ਚ ਸਵਾਹ ਪਾਉਂਦੇ ਸਾਡੀ। ਪੈਲੀ ਤੁਹਾਡੀ ਰਹਿਣੀ ਸੀਗੀ, ਇਹ ਆਂਦਾ ਹੁਣ ਮੈਂ ਮਾਲੀ ਮਾਰ ਪਾਵਾਂ। ਮਾਲੀ ਮਾਰ ਕੇ ਬੈਠਾ ਹੋਰ ਕੀ ਆ, ਏਦਾਂ ਤਾਂ ਨਹੀਂ ਕਰਨੀ ਚਾਹੀਦੀ ਹੈਗੀ। ਇਹ ਥੋੜਾ ਲੋਕ ਠੇਕੇ ਤੇ ਚੀਜ਼ਾਂ ਦਿੰਦੇ ਆਏ ਨੇ, ਇਹ ਥੋੜਾ ਇਹ ਸੋਚੀਦਾ ਕਿ ਆਪਾਂ ਹੀ ਸਾਂਭ ਲਈਏ ਸਾਰਾ ਕੁਝ। ਜੇ ਸ਼ਰਨ ਤੁਹਾਡੇ ਨਾਲ ਇੰਨਾ ਕੁਝ ਕੀਤਾ, ਤੁਸੀਂ ਚਾਰ ਬੰਦੇ ਇਕੱਠੇ ਕਰੋ ਤੇ ਗੱਲ ਕਰੋ ਬਹਿ ਕੇ। ਆਂਟੀ ਕਰ ਨੂੰ ਤੇ ਕਰ ਲਈਏ, ਪਰ ਜੱਗੀ ਪੇਸ਼ ਨਹੀਂ ਨਾ ਜਾਣ ਦਿੰਦੇ। ਉਹ ਤੇ ਬਸ ਇਹੀ ਕਹਿੰਦੇ ਨੇ ਕਿ ਨਾ ਮੈਂ ਨਹੀਂ ਕੁਝ ਵੀ ਕਰਨਾ, ਮੈਂ ਤੇ ਕੁਝ ਬੋਲਣਾ ਨਹੀਂ। ਪਰ ਹੁਣ ਇਹਨਾਂ ਨੂੰ ਹੀ ਪਤਾ ਲੱਗਾ ਵਾ ਕਿ ਉਹ ਕਰਦਾ। ਗੱਲ ਕਰ, ਤੂੰ ਤਾਂ ਕੱਲੀ ਬਥੇਰੀ ਆ। ਨਹੀਂ ਹੁਣ ਮੈਂ ਤਾਂ ਹੀ ਇੱਥੇ ਖਲੋਤੀ ਛੜਕ ਤੇ, ਮੈਂ ਕਿਹਾ ਨੰਗਦਾ ਨੁੰਗਦਾ ਕਿਤੇ ਆਉਂਦਾ ਵਾ ਤੇ ਮੈਂ ਆਪ ਗੱਲ ਕਰੂੰਗੀ ਉਹਨਾਂ ਨਾਲ ਕਿ ਤੁਸੀਂ ਕੀ ਕਰਨ ਦੇ ਜੇ ਇੱਦਾਂ ਕੋਈ ਕਰਦਾ ਵਾ। ਨਹੀਂ ਤੂੰ ਗੱਲ ਕਰੀ, ਡਟ ਕੇ ਗੱਲ ਕਰੀ, ਆਪੇ ਉਹਨੂੰ ਪਤਾ ਲੱਗ ਜਾਊਗਾ। ਇਹ ਕਰੀ, ਚਲੋ ਕਰਾਂਗੀ ਤੁਸੀਂ। ਪਰ ਮੈਂ ਤੇ ਇਹ ਚਾਹੁੰਦੀ ਸੀ ਕਿ ਇਹ ਕਰਦੀ ਗੱਲ, ਇਹਨਾਂ ਨੂੰ ਪਤਾ ਲੱਗਦਾ ਫਿਰ। ਜੱਗੀ ਨੇ ਨਹੀਂ ਕਰਨੀ ਹੈਗੀ, ਜੱਗੀ ਭਲਾ ਮਾਨ ਚ ਉਹ ਨਹੀਂ ਕਰ, ਮੈਨੇ ਨਹੀਂ ਕਰਨੀ ਤੇਰੇ ਤੋਂ ਬਗੈਰ, ਤੂੰ ਹੀ ਕਰੀ ਗੱਲ। ਆਂਟੀ ਤੁਸੀਂ ਆਏ ਹੋ ਮੇਰੇ ਨਾਲ, ਤੁਸੀਂ ਸਮਝਾਇਓ ਹੁਣ ਮਾੜਾ ਜਾਣ ਕੇ। ਚੱਲ ਸੱਦ ਲਈ ਮੈਨੂੰ, ਮੈਂ ਵੀ ਆ ਜਾਊਂਗੀ। ਕੋਈ ਧੱਕਾ ਥੋੜਾ ਕਹਿਣਾ ਚਾਹੀਦਾ ਵਾ, ਉਹ ਤਾਂ ਮੈਨੂੰ ਟੱਕਰ ਦੇਣੀ ਹੈਗੀ, ਜੇ ਟੱਕਰ ਦੇ ਤੇ ਮੈਂ ਹੀ ਕਰ ਲੈਣੀ। ਵੇਖਣ ਨੂੰ ਤਾਂ ਬੜਾ ਭਲਾ ਮਾਨਸ ਲੱਗਦਾ ਵਾ, ਇੱਦਾਂ ਹੀ ਆ ਸ਼ਕਲ ਤੇ ਥੋੜਾ ਲਿਖਿਆ ਹੁੰਦਾ ਉਹ ਤੇ ਗੱਲ। ਬਸ ਕੋਈ ਗੱਲ ਨੀ, ਆ ਲੈਂਦੇ। ਸ਼ਰਨ ਮੇਰੀਆਂ ਤਾਂ ਲੱਤਾਂ ਥੱਕ ਗਈਆਂ, ਆ ਜਾ ਬਹਿ ਕੇ ਗੱਲ ਕਰ ਲਈਏ। ਨਹੀਂ ਮੇਰੀ ਗੱਲ ਸੁਣੋ ਨਾ, ਹੁਣ ਮੈਂ ਵੀ ਕੰਮ ਕਾਰ ਕਰਨੇ ਘਰ, ਬੜਾ ਖਲਾਰਾ ਪਿਆ ਵਾ। ਮੈਂ ਤਾਂ ਸਗੋਂ ਉਹਨਾਂ ਨੂੰ ਵੇਖਣ ਦੀ ਕਿ ਲੰਘਦੇ ਆਉਂਦੇ ਆ ਨਾ, ਤੇ ਉਹਨਾਂ ਨਾਲ ਗੱਲ ਕਰਨੀ ਪੈਲੀ ਵਾਲੀ। ਚਲੋ ਕੋਈ ਗੱਲ ਨੀ, ਤੁਸੀਂ ਵੀ ਜਾਓ ਘਰ, ਆ ਦਾਬੜਾ ਵੀ ਚੁੱਕਿਆ ਨਾ, ਇਹਦੇ ਭਾਰ ਨਾਲ ਵੀ ਹੁੰਦਾ ਵਾ, ਖਲੋਤਾ ਨੀ ਜਾਂਦਾ। ਚਲ ਕੋਈ ਨੀ, ਕੋਈ ਗੱਲ ਨੀ, ਕੋਈ ਗੱਲ ਨੀ, ਜਾਓ ਕੰਮ ਕਰੋ। ਰੋਟੀ ਪਕਾਉਣੀ ਹੋਣੀ ਤੁਸੀਂ ਪਕਾ ਕੇ ਖਵਾਉਣੀ ਨੂੰਹ ਨੂੰ, ਤੁਹਾਨੂੰ ਕਿਹਦਾ ਪੱਕੀ ਮਿਲਣੀ ਇਹ ਉਮਰ। ਇਹ ਤਾਂ ਗੱਲ ਹੈ ਹਨਾ, ਫਿਰ ਟਾਈਮ ਨਾਲ ਜਾਓਗੇ ਤੇ ਪਕਾ ਲੋਗੇ। ਇੱਕ ਤੇ ਆ ਜਿਹੜੀ ਸੁੱਕੀ ਜੀ ਹੈ ਨਾ, ਗਲੀ 'ਚ ਮਹਾਨ ਬਣੀ ਫਿਰਦੀ ਆ ਚੌਂਕੀਦਾਰਾਂ ਵਾਂਗੂ, ਇੱਕ ਤੇ ਨਾ ਸਿਆਪਾ ਜਿਹਾ ਹੋ ਜੇ ਇਹਦਾ ਜਾਨ ਮੁੱਠੀ 'ਚ, ਕਹਿੰਦੀ ਤੇਰੇ ਨਾਲ ਮੈਂ ਮੁਕਾਬਲਾ ਕਰੂੰਗੀ, ਕਰ ਲੈਣਾ ਤੂੰ। ਇੱਕ ਤੇ ਮੈਨੂੰ ਤਾਏ ਨੇ ਦੁਖੀ ਕੀਤਾ ਸੀ, ਕਦੇ ਗਲੀ 'ਚ ਟੱਕਰ ਜਾਵੇ ਨਾ ਮੈਨੂੰ, ਫਿਰ ਇਹਨੂੰ ਮੈਂ ਦੱਸਦੀ ਹਾਂ